बिस्मिल्लाहिर्रहमानिर्रहीम, अस्सलाम वालेकुम मेरे वालों सारे मेरे भैनों ते भरावों नूं। अल्लाह पाक हमेशा तुहानूं खुश रखे, आबाद रखे, जिहड़े दुख तकलीफां अल्लाह पाक थोड़े दूर करे, थोड़ी जिंदगी च खुशियां ही खुशियां भर दे। आमीन सुम्मा आमीन। अच्छा जी, नाश्ता कीता वा, बर्तन धोते आ, बच्चे जमा होनी आए सी, गपशप की आ, ते कपड़े धो के हुण रखे आ, सारे कम नीचे हो गए आ। ते हुण मैं जा रही हाँ छत ते, क्योंकि अगले दिन मौसम काफ़ी खराब सी, दो तीन दिन मौसम खराब रहा वा, बारिश नेरी सारा कुछ ही सी, मतलब ते है ना। आप ही सनवरा ने जेडे मतलब गिफ्ट दिता, कुर्सियां बाट पईयां सी, मतलब उत्ते ना जिवें कार इत्थे खड़ी सी गराज दे विच, ते छिट्टे सारे बारिश ते नेरी दे आए सी। इसे तरह ना उस मतलब कुर्सियां दे उपर भी बहुत ज़्यादा ना गंद पिया होया वा। मैं हुण चलदी हां छत ते, जाके ना साफ करदी हां। एक सुर चौधरी साहब उन्होंने सिख मेरा से नाल लगते, मैं तो देते, अगर मैं जमा कर लूँ फिर ना इसलिए भी नहीं होंगे, तो ना ही मेरे को होंगे आ, धोए जाते ना इस दिन इकट्ठे किए जाते। हम मैं चल रही हूँ छत से, छत से चल रही हूँ और कपड़ा लैके जा रही हूँ, तो कुर्सियाँ की सफाई कर रही हूँ, कमरे सारे सैट मैट करके रखे हुए हैं। ठीक हो गया, ऐसे एक चार पाइट आई है, कुछ देर असी दरमियान वाले कमरे च, कुछ देर अपने कमरे च, कुछ देर इतने, क्योंकि फिर इतने सिग्नल सही आते हैं, फिर असं झट तरह इतने बैठ सही। धुप निकली बाहर लगा शुक्र, हूँ निकली भी ना बर्दाश्त नहीं होंगी। हाँ जी, तुम ऊपर आराम कर रहे हो। मैं आई हाँ, मैं क्या कुर्सियाँ इन खराब हुई ना, मैं साफ कर लवा नीचे सारे काम, अच्छा फिर खराब दसिया वा। चल मैं कुर्सियां साफ करके, मैं कहनी अंदर ना रख दवा, कल चलिए मैनू दिल नू घट दा वा, पैसे नहीं लाए हुए। भाजी मेरे ख्याल पट्ठे पढ़ते हैं। विंडो भी साफ करने वाली, विंडो नहीं करते क्योंकि आखिया कुर्सियां चार एक पराठा खाते दो खाने से। अच्छा जी, थोड़ा हुकुम सारे थोड़ा पता, जो तुम करने में मान नहीं है, मान दो ही खाओगे ओके ओके ओके, वो डंडे को तो पकड़ के रहा था तो ले गए कैसे भी डर के मुकार सॉरी पहले ये मकान ये नहीं है, यानी हम इंतरा तो खाली उठ कुर्सी उठ के तो कितने चल जाया कर नहीं जानी कितने भी नहीं होंगे।
ਅੱਛਾ ਜੀ ਦੇਖਣੇ ਵਾਲੀਆਂ ਭੈਣੇ ਦੱਸਣ ਇੱਥੇ ਉਹਦੇ ਵਿੱਚ ਇੰਨਾ ਤੂਫਾਨ ਆਉਂਦਾ ਇੰਨੀ ਹਨੇਰੀਆਂ ਦੀ ਕੁਰਸੀਆਂ ਪੜਦੀਆਂ ਤੋਂ ਬਾਹਰ ਜਾ ਪੈਣਾ ਉਹ ਨਹੀਂ ਪੈਂਦੀਆਂ ਪੜਦੀਆਂ ਤੋਂ ਬਾਅਦ ਤੇ ਜੇ ਅੱਜ ਇੱਥੇ ਤੁਹਾਨੂੰ ਕਿੰਨੀਆਂ ਗੱਲੀਆਂ ਹੋਣਗੀਆਂ ਜਦੋਂ ਬਹਿਣਾ ਵਾ ਤੇ ਇੱਥੇ ਬੰਦਾ ਕੁਰਸੀ ਕਰਕੇ ਬਾਹਰ ਬਹਿ ਨਹੀਂ ਸਕਦਾ ਚੁੱਕ ਕੇ ਕੋਈ ਹੈ ਨਹੀਂ ਮਤਲਬ ਜਿਹੜੀ ਦਿਹਾੜੀ ਲੱਗ ਜਾਣੀ ਕੁਰਸੀ ਚੱਕਣ ਲੱਗੀ ਇੱਥੇ ਪਈਆਂ ਸੋਹਣੀਆਂ ਲੱਗਦੀਆਂ ਪਈਆਂ ਸੋਹਣੀਆਂ ਲੱਗਦੀਆਂ ਮੈਂ ਨਾ ਅਗਲੇ ਦਿਨ ਗਈ ਸੀ ਨਾ ਤੇ ਮੈਂ ਟੇਬਲ ਲੈ ਕੇ ਆਈ ਨਾ ਤੇ ਸ਼ੀਸ਼ੀ ਵਾਲੇ ਉਹ ਸਾਈਜ਼ ਤੇ ਬਣਵਾਣੇ ਨੇ ਬਣੇ ਬਣਾਏ ਕੋਈ ਨਹੀਂ ਖਾਤਾ ਹੁੰਦਾ ਨਹੀਂ ਹੁਣ ਹਾਲ ਦੇ ਵਿੱਚ ਸਾਨੂੰ ਮਤਲਬ ਪਤਾ ਕਿਵੇਂ ਦਾ ਟੇਬਲ ਚਾਹੀਦਾ ਵਾ ਗੋਲ ਗੋਲ ਨਹੀਂ ਚੌਰਸ ਚੌਰਸ ਟੇਬਲ ਹੁੰਦੇ ਨੇ ਸੈਂਟਰ ਟੇਬਲ ਜਿਹੜੇ ਹੁੰਦੇ ਨੇ ਨਹੀਂ ਆਪਣੀ ਪਸੰਦ ਦਾ ਅਸਾਂ ਨਹੀਂ ਗੋਲ ਬਣਵਾਣੇ ਚਲ ਦੇਖਾਂਗੇ ਕਿਹੜਾ ਸੋਹਣਾ ਲੱਗਾ ਉਹ ਬਣਵਾਉਣਾ ਠੀਕ ਹੋ ਗਿਆ ਆਹੀ ਨਾ ਰੱਖ ਲਈਏ ਦੂਸਰਾ ਵੀ ਲੰਬਾ ਉਹ ਨਹੀਂ ਇਹ ਸੈਂਟਰ ਟੇਬਲ ਥੋੜੀ ਨਹੀਂ ਇਹ ਤੇ ਐਵੇਂ ਬਸ ਤੇ ਟੈਰਸ ਵਾਸਤੇ ਨੇ ਇੱਥੇ ਸੋਹਣੇ ਲੱਗਦੇ ਨੇ ਉਹ ਨਹੀਂ ਸਾਫ ਸੁਥਰੀਆਂ ਹੋ ਗਈਆਂ ਅੱਲਾ ਦੀਆਂ ਬੰਦੀਆਂ ਹੋਣੇ ਇਹਨਾਂ ਨੂੰ ਥੱਲੇ ਲੈ ਜਾ ਤੇ ਪੈਪ ਮਾਰ ਮਾਰ ਕੇ ਮਾਰ ਮਾਰ ਕੇ ਮਾਰ ਮਾਰ ਕੇ ਮੈਨੂੰ ਪਤਾ ਕੁਛ ਨੀ ਕਿਤੇ ਵੀ ਜਾਂਦਾ ਅੱਛਾ ਜੀ ਚੌਧਰੀ ਸਾਹਿਬ ਉਹਨਾਂ ਨੂੰ ਮਸੀ ਮਨਾਇਆ ਵਾ ਛੱਤ 'ਤੇ ਆਈ ਸੀ ਵੀਡੀਓ ਅਪਲੋਡ ਕਰਨ ਵਾਸਤੇ ਮੈਂ ਕਿਹਾ ਵੀ ਕੁਰਸੀਆਂ ਗੰਦੀਆਂ ਹੋਣ ਡੀਆਂ ਮੌਸਮ ਠੀਕ ਹੋਇਆ ਨਾ ਮੈਂ ਸੁਬਹਾ ਨਿਕਾਲ ਕੇ ਰੱਖ ਦਿਆ ਕਰੂੰਗੀ ਅਤੇ ਸ਼ਾਮੀ ਨਾ ਹੀ ਬਸ ਕੋਈ ਭੈਣ ਭਰਾ ਤਾਂ ਮੈਂ ਆਪੇ ਰੱਖ ਲਿਆ ਕਰੂੰ ਸਾਰਾ ਗਿਫਟ ਦਾ ਸੱਤਿਆ ਨਾਸ ਹੋਣ ਡਿਆ ਵਾ ਸਾਰੀਆਂ ਚੱਕ ਚੱਕ ਕੇ ਇੱਥੇ ਰੱਖ ਲਓ ਨਾ ਜੇ ਆਪਣਾ ਰੱਖਣੀਆਂ ਤਾਂ ਇੱਥੇ ਰੱਖੋ ਇੱਥੇ ਜਿੱਥੇ ਮੰਜੀਆਂ ਵਾ ਮੰਜੀਆਂ ਬਸ ਪਈਆਂ ਰਹਿਣ ਤੋਂ ਕਿਤੇ ਬੰਦਾ ਕੋਈ ਲੇਟ ਹੀ ਜਾਂਦਾ ਭੈਣ ਭਰਾ ਆਇਆ ਹੋਵੇ ਤੇ ਤੁਸੀਂ ਸੀੜੀ ਵਾਲੇ ਅੰਦਰ ਲੈ ਕੇ ਆਓ ਨਹੀਂ ਤਾਂ ਫਿਲਹਾਲ ਇੱਥੇ ਰੱਖ ਦਈਏ ਚੱਲ ਫਿਰ ਆ ਜਾਓ ਸੀੜੀ ਵਾਲੇ ਕਮਰੇ 'ਚ ਹੀ ਆ ਜਾਓ ਚੱਕ ਲਿਓ ਆ ਜਾਓ ਉੱਥੇ ਰੱਖ ਦੇਣੀਆਂ ਵਾ ਅਤੇ ਇੱਥੇ ਦੀ ਦੀਵਾਰਾਂ ਰੱਖ ਲਈਏ ਕਿੱਥੇ ਰੱਖਣੀਆਂ ਸੈੱਟ ਕਰੋ ਤੇ ਇਹ ਹਿਲਦਾ ਹੀ ਹੁੰਦਾ ਵਾ ਇਹ ਕੁਰਸੀਆਂ ਵੀ ਲਾਓ ਤੇ ਅੱਛਾ ਆਪੇ ਇੱਧਰ ਕਰ ਲਈਏ ਨਾ ਇਹਦਾ ਲੈਣ ਸਿਰ ਇੱਥੇ ਲਾਓ ਮੈਂ ਕਹਿੰਦੀ ਇੱਧਰ ਰੱਖ ਦਈਏ ਗਿਰਵੇ ਦਾ ਖਰਚਾ ਚੱਲ ਠੀਕ ਹੈ ਰੱਖੋ ਮੰਨਣਿਆ ਤਾਂ ਹੈ ਹੀ ਨਹੀਂ ਨਾ ਬਾਹਰੋਂ ਲੈਣਗੇ ਆ ਦੇਖਦੇ ਹਾਂ ਵੀ ਕਿਸ ਤਰ੍ਹਾਂ ਲਗਾਉਂਦੇ ਆ ਕੁਰਸੀਆਂ ਬਸ ਸਹੀ ਆ ਸੈਟਿੰਗ ਚੇਂਜ ਕਰਦਿਆ ਰਹਿਣਾ ਚਾਹੀਦਾ ਵਾ ਉੱਥੇ ਗੰਦੀਆਂ ਐਡਾ ਸੋਹਣਾ ਸੁੱਤਾ ਸੀ ਸਾਰਾ ਕੁਰਸੀਆਂ ਦਾ ਸੱਤਿਆ ਨਾਸ ਹੋ ਗਿਆ ਮੇਰੇ ਦਿਲ ਨੂੰ ਹੌਲ ਪੈਂਦੇ ਇੱਥੇ ਵਾਲੇ ਗਰਿੱਲ ਨਹੀਂ ਲੱਗੀ ਹੋਈ ਮੈਂ ਕਹਿੰਦੀ ਇੱਥੇ ਨਾ ਰੱਖੀ ਬਸ ਠੀਕ ਹੋ ਗਿਆ ਉੱਥੇ ਇੰਨੀਆਂ ਬੁਰੀਆਂ ਲੱਗਦੀਆਂ ਪਈਆਂ ਠੀਕ ਹੋ ਗਿਆ ਜੀ ਯਾਰ ਇੱਧਰ ਰੱਖ ਦਿਓ ਲੱਲਾ ਫੈਸਲਾ ਦੇ ਕਿੰਨੀ ਸੋਹਣੀ ਲੱਗਦੀ ਆ ਬਲੂ ਲਾਈਟਾਂ ਅਤੇ ਕੁਰਸੀਆਂ ਮੈਂ ਜਲਾ ਕੇ ਦਿਖਾ ਦਿੰਦਾ ਕਿੰਨਾ ਪਿਆਰਾ ਸਭ ਤਬ ਇਹ ਕੁਰਸੀ ਰਹਿ ਗਈ ਨਾ ਚੱਕ ਲਿਓ ਇਹ ਦੇਖੋ ਕਿੰਨਾ ਪਿਆਰਾ ਲੱਗਦਾ ਵਾ ਮਾਸ਼ਾਅੱਲਾ ਮਾਹੌਲ ਗ੍ਰਿੱਲ ਲੱਗ ਜਾਣੀ ਇਨਸ਼ਾਅੱਲਾ ਅਤੇ ਉੱਥੇ ਨਾ ਬਾਹਰ ਗੰਦੀਆਂ ਬਹੁਤ ਹੁੰਦੀਆਂ ਵਾ ਸਰਦੀਆਂ ਤਾਂ ਠੀਕ ਆ ਲੇਕਿਨ ਗਰਮੀਆਂ ਨੂੰ ਉੱਥੇ ਜਿਹੜਾ ਨਾ ਚੀਜ਼ ਗਵਾਉਣੇ ਵਾਲੀ ਬਸ ਇਹ ਤਾਂ ਨਹੀਂ ਹੋਊਗਾ ਇੱਥੇ ਹਨੇਰੀ ਆਉਣੀ ਆ ਬਾਰਿਸ਼ ਹੋਣੀ ਮੈਂ ਤਾਂ ਕਹਿੰਦੀ ਜਾਂ ਪਰਲਾ ਵੀ ਠੀਕ ਆਪਣੇ ਜਿਹੜੇ ਉਹ ਵੀ ਤਾਂ ਨਵਾਂ ਘਰ ਹੀ ਆ ਢਾਈ ਤਿੰਨ
ਚਲੋ ਜਿਹੜੀਆਂ ਪੇਟੀਆਂ ਨੇ ਜਿਵੇਂ ਭੈਣ ਭਾਈ ਕਹਿੰਦੇ ਸੀ ਇਸ ਕਮਰੇ 'ਚ ਸਾਰਿਆਂ ਨੂੰ ਸਾਫ਼ ਰੱਖ ਪੇਟੀਆਂ ਆ ਜਾਣਗੀਆਂ ਪੂਰੀਆਂ ਇੱਥੇ ਹਾਂ ਸ਼ੋਕੇਸ ਪਾਣੇ ਵਾਲਾ ਜਿਹੜਾ ਉਹ ਕਿਚਨ ਵਾਲਾ ਆ ਜਾਣਾ ਅਤੇ ਪੇਟਾ ਜਿਹੜਾ ਉਹਨੂੰ ਵੀ ਇੱਥੇ ਦੋ ਪੇਟੀਆਂ ਠੀਕ ਹੋ ਗਿਆ ਅੱਛਾ ਜੀ ਕਮੈਂਟ ਕਰਕੇ ਮੇਰੀਆਂ ਭੈਣਾਂ ਨੇ ਨਾ ਜ਼ਰੂਰ ਦੱਸਣਾ ਵਾ ਠੀਕ ਕੀਤਾ ਕਿ ਨਹੀਂ ਅਗਰ ਇੱਥੋਂ ਕੋਈ ਚੇਂਜ ਕਰਨੀਆਂ ਹੋਈਆਂ ਤਾਂ ਫਿਰ ਵੀ ਮੇਰੀਆਂ ਭੈਣਾਂ ਕਮੈਂਟ ਕਰ ਦੇਣ ਬਾਹਰ ਦਾ ਖੂਬਸੂਰਤ ਵਿਊ ਕਿਹੜੀ ਚੀਜ਼ ਮੈਂ ਲੈ ਕੇ ਜਾਂਦੀ ਹਾਂ ਇੱਕ ਮਿੰਟ ਮੈਂ ਝੱਟ ਤੁਹਾਡੇ ਕੋਲ ਬਹਿ ਜਾਵਾਂ ਮੇਰੇ ਥੱਲੇ ਦਿਲ ਨਹੀਂ ਲੱਗਣ ਡਿਆ ਨੀਚੇ ਜਾ ਰਹੇ ਹਾਂ ਆਪਿਸ ਨਵਰਾ ਆ ਗਈ ਆ ਲੰਮੀ ਜ਼ਿੰਦਗੀ ਆਪਿਸ ਨਵਰਾ ਦੀ ਗਿਫਟ ਦੀ ਗੱਲ ਹੋਈ ਸੀ ਉਹਦੇ ਸੇ ਮਤਲਬ ਗਿਫਟ ਦੀ ਸਾਖਤਾ ਬੋਲ ਰਿਹਾ ਸੀ ਬਾਜੀ ਇਹ ਦਰਵਾਜ਼ਾ ਲਗਾ ਕੇ ਆਇਆ ਜੇ ਅਤੇ ਮੈਂ ਨਾ ਆਪੀ ਰੁਕਈਆ ਭਾਈ ਮਨਵਰ ਪੱਠੇ ਵੱਢ ਰਹੇ ਆ ਬਾਜੀ ਆਈ ਆ ਕੁਛ ਲੈ ਕੇ ਦੇਖਦੀ ਹਾਂ ਕਿ ਬੱਚ ਕੀ ਲੈ ਕੇ ਆਈ ਆ ਬੋਲ ਚਾ ਮਹੀਨਾ ਦਾ ਦਿਲ ਮੈਂ ਸਾਲਨ ਭੇਜਿਆ ਸੀ ਬੋਲ ਦੇਣ ਆਈ ਹੋਣੀ ਆ ਆ ਜੋ ਬਾਹਰ ਚੱਲਦੀ ਹਾਂ ਇੱਕ ਤਾਂ ਦਰਵਾਜ਼ਾ ਖੜਕੇ ਤਾਂ ਪਤਾ ਵੀ ਨਹੀਂ ਲੱਗਦਾ ਮੈਂ ਟੋਕੇ ਆਉਂਗੀ ਟੈਨਸ਼ਨ ਨਾ ਲਵੋ ਦਰਵਾਜ਼ਾ ਖੜਕੇ ਚਲੋ ਜੀ ਧੁੱਪ ਤੇ ਬਾਜੂ ਕਹਿੰਦੀ ਅਸੀਂ ਬਾਜੀ ਤੇਰਾ ਗਿਫਟ ਜਿਹੜਾ ਨਾ ਪਿਆ ਸੀ ਉੱਥੇ ਤੇ ਮੈਂ ਨਾ ਅੰਦਰ ਰੱਖ ਕੇ ਟੀਮ ਹੈ ਕਿ ਬਾਹਰ ਗੰਦਾ ਹੁੰਦਾ ਵਾ ਫਰਕ ਪਿਆ ਜੂਸ ਨਾ ਇੱਕ ਗਲਾਸ ਪੀਤਾ ਨਹੀਂ ਬੀਪੀ ਤੇ ਕਹਿੰਦੀ ਵੱਧਦੀ ਸੀ ਨਾ ਹਾਂ ਬੀਪੀ ਦਾ ਪੁੱਛਦੀ ਆ ਸਿਆਣੇ ਬੰਦਿਆਂ ਦਾ ਕਿਹੜਾ ਦਿਲ ਨੀ ਕਰਦਾ ਅੰਮਾ ਜੀ ਨੇ ਕਿਤੇ ਦੋ ਦਾਣੇ ਨਿੰਬੂ ਦੇ ਪੈਕਟ ਖਾ ਲਿਆ ਤੇ ਅੰਮਾ ਜੀ ਨੂੰ ਬੀਬੀ ਦਾ ਮਸਲਾ ਬਣ ਗਿਆ ਫਿਰ ਅਲੀ ਨੇ ਜੂਸ ਮੰਗਵਾ ਕੇ ਦਿੱਤਾ ਸੀ ਅੰਮਾ ਜੀ ਤੁਸੀਂ ਇਹ ਪੀਓ ਅੱਲਾ ਤੰਦਰੁਸਤੀ ਦੇਵੇ ਬਾਜੇ ਹੁਣ ਚਾਹ ਹੋਵੇ ਬੁੱਧ ਬੁੱਧ ਕਿਉਂਕਿ ਕੱਲ ਮੰਗਲ ਸੀ ਨਾ ਬਾਈ ਕਹਿੰਦਾ ਸੀ ਮੰਡੀ ਚ ਮੁਸ਼ਕਿਲ ਨਹੀਂ ਹੈ ਅੱਜ ਬੁੱਧ ਦਾ ਗਰਮੀ ਤੇ ਫਿਰ ਪਤਾ ਪਸੀਨਾ ਪੈਂਦਾ ਅੱਖਾਂ ਦੇ ਵਿੱਚ ਧੁੱਪੇ ਬੈਠ ਨਹੀਂ ਹੁੰਦਾ ਪਹਿਲੋਂ ਅੰਮੀ ਜੀ ਜਾਂਦੇ ਨੇ ਪਈ ਮੇਰੀ ਮੰਜੀ ਨਾਲ ਛੱਪ ਧੁੱਪ ਤੇ ਡਾਓ ਉਹ ਧੁੱਪ ਤੇ ਨਾ ਕੀਤੀ ਜੀ ਤੇ ਉਹ ਜੈਸੇ ਮਾੜਾ ਆ ਗਿਆ ਸੂਰਜ ਉੱਥੇ ਨਹੀਂ ਬੈਠ ਹੁੰਦਾ ਬਾਜੀ ਮੈਂ ਆਪ ਇੱਥੇ ਰੱਖਦੀ ਹਾਂ ਦਿਲ ਘਟਣ ਲੱਗ ਪੈਂਦਾ ਵਾ ਮੈਂ ਕਿਹਾ ਮੈਂ ਬਰਤਨ ਪਾ ਕੇ ਨਾ ਤੇ ਲੈ ਆਵਾਂ ਨਾਲ ਮੈਂ ਕਿਹਾ ਵੇਖਾਂ ਕੀ ਕਰਦੇ ਨੇ ਕੁਛ ਨਹੀਂ ਕਰਨਾ ਬਾਜੀ ਕੀ ਆ ਫੇਰ ਫੇਰ ਸਾਰਾ ਹਲਾ ਕਰਾ ਦੀ ਉਹ ਤੁਸੀਂ ਆਂਦੇ ਕੋ ਵੀ ਉਹ ਅਲੀ ਸਵੇਰੇ ਜਿਹਨੇ ਵੀ ਆ ਜਾਂਦਾ ਸ਼ਾਮੀ ਵੀ ਆ ਜਾਂਦਾ ਸ਼ਾਮੀ ਗਏ ਸੀਗੇ ਨਾ ਤੇ ਫਿਰ ਬਾਜੀ ਨੂੰ ਸੁਬਾਹ ਦੇ ਕੰਮ ਲੱਗੇ ਸੀ ਤੇ ਹੁਣ ਸ਼ਾਇਦ ਪ੍ਰਾਹੁਣੇ ਆ ਜਾਣ ਹਾਂਜੀ ਮੈਂ ਵਸਦੇ ਘਰਾਂ ਚ ਅੰਮੀ ਹੁਣੀ ਤੇ ਨਾਲ ਸ਼ਾਦੀ ਤੇ ਆਏ ਨਾ ਮਾਮੂ ਦੇ ਬੇਟੇ ਦੀ 300 ਚ ਵੱਡੇ ਵੱਡੇ ਦੀ ਜਿਹੜੇ ਮਾਮੂ ਫੌਤ ਹੋ ਗਏ ਨਾ ਬੜੇ ਤੋਂ ਛੋਟੇ ਬੇਟੇ ਦੀ ਆ ਹਾਂਜੀ ਉਧਰ ਸਾਡੇ ਵਾਲੀ ਬਾਜੀ ਜਾਣੀ ਹੈ ਜਿੱਥੇ ਸਾਡਾ ਘਰ ਆ ਨਾ ਉੱਥੇ ਖਾਲਾ ਵਾਲੀ ਜਾਣੀ ਹੈ ਬਰਾਤ ਹਾਂਜੀ ਮਾਸੀ ਹਾਂਜੀ ਜੇ ਚੱਕ ਵਿੱਚ ਹੁੰਦੀ ਆ
ਮੈਂ ਬੈਠਾ ਮੈਂ ਬਾਜ ਲਈ ਨਾ ਅਮਰੂਦ ਪਲੇਟ ਕੱਟ ਕੇ ਲਿਆ ਕੇ ਨਹੀਂ ਅਮਰੂਦ ਨਹੀਂ ਖਾਣੇ ਨਾ ਨਾ ਮੈਂ ਕੋਈ ਸ਼ਾਇਦ ਅਮਰੂਦ ਕਰ ਪੈ ਨਾ ਮੇਰਾ ਪੁੱਤਰ ਨਾ ਪਾਣੀ ਨਾ ਚਾਹ ਬੋਤਲ ਤਾਂ ਨਹੀਂ ਨਾ ਬਾਜੀ ਪੀਂਦੀ ਇੱਕ ਦੁੱਖ ਹੋਵੇ ਤਾਂ ਬੰਦਾ ਉਹਦਾ ਕਰ ਅੱਲਾ ਕਰੇ ਉਹ ਪਚਦਾ ਰਵੇ ਕੇ ਹਾਂਜੀ ਬੜੀ ਮਜ਼ੇਦਾਰ ਸੀ ਕੱਲ ਅਸੀਂ ਫਿਰ ਬੜੇ ਹੀ ਨੀਂਦ ਆਈ ਸਾਨੂੰ ਇੰਨੀ ਵਧੀਆ ਦੀ ਸੁਸਤੀ ਪਈ ਸਾਨੂੰ ਅਸੀਂ 2 ਵਜੇ 1:30 2 ਵਜੇ ਸੌਂਦੇ ਆ ਤੇ ਉਹ ਰਾਤੀ ਸਾਨੂੰ 7 ਵਜੇ 7:30 ਵਜੇ ਸਾਨੂੰ ਪਤਾ ਫੋਨ ਕਿੱਥੇ ਪਏ ਨੇ ਕੋਈ ਪਤਾ ਨਹੀਂ ਕਿੱਥੇ ਪਏ ਆ ਇੰਨੀ ਭੁੱਖੀ ਚੜੀ ਇੰਨੀਆਂ ਕੋ ਬੈਗਾਰ ਦਵਾਈ ਖਾ ਛੜੀਆਂ ਨਾ ਦਿਮਾਗ ਦੀਆਂ ਅੰਮਾ ਜੀ ਖਾਂਦੇ ਫਿਰ ਅੰਮਾ ਜੀ ਜੇ ਮੈਂ ਇਸ ਤਰ੍ਹਾਂ ਦੀ ਨਾ ਨਾ ਬਣਾ ਕੇ ਨਾ ਦੇਵਾਂ ਉਹ ਉਹਨਾਂ ਦਾ ਪੁੱਤਰ ਆ ਲਈ ਕੋਨਾ ਮੈਂ ਬੜੀ ਕਿੰਨੀ ਗੁਵਾਰੀ ਸਿਆਲ ਅੰਮੀ ਮੁੱਕ ਜਾਂਦੀ ਇੱਕ ਦਫਾ ਮੈਂ ਨਾ ਜਿੰਨੀਆਂ ਤੂੰ ਖਾਦੀਆਂ ਨੇ ਚਾਹ ਦੇ ਡੱਫਲੇ ਪੀ ਪੀ ਕੇ ਤੇ ਸਿਰ ਖੋਖਲੇ ਹੋਏ ਪਏ ਤੇ ਮੇਰੇ ਤੇ ਸੱਤਿਆ ਨਾਸ ਹੋਇਆ ਤੇ ਮੈਂ ਉਹ ਵੱਡਾ ਵੀਰ ਜਾਂਦਾ ਨਾ ਤੇ ਕੁਛ ਨੀ ਹੁੰਦਾ ਅਮਾ ਬੋਤਲਾਂ ਕੁਛ ਨੀ ਆਉਂਦੀਆਂ ਚਾਚੀ ਬਾਜੀ ਨੂੰ ਅੱਛਾ ਜੀ ਬਾਜੋ ਆਈ ਸੀ ਬੈਠੀ ਆ ਤੇ ਹੁਣ ਮੈਂ ਲੱਗੀ ਹਾਂ ਝਟ ਆਰਾਮ ਕਰਨ ਮੈਨੂੰ ਨਾ ਬੁਖਾਰ ਆ ਰੱਬ ਸੋਹਣੇ ਦੇ ਹਵਾਲੇ ਰੱਬ ਰੱਖਾ ਅੱਲਾ ਹਾਫਿਜ਼